ਸਾਰੀਆਂ ਸੰਗਤਾਂ ਨੂੰ ਜੀ ਆਇਆਂ। ਸੋ ਸਾਡੇ ਵੱਜੇ ਵੱਡੇ ਭਾਜੀ ਸੁੱਖੀ ਸੋਤਾ ਨਿੰਜਾ ਮੀਲੇ ਵਾਲਾ, ਸੋ ਬਹੁਤਾ ਸਮਾਂ ਆਪਾਂ ਨਾ ਲੈਂਦੇ ਹੋਏ ਇੱਕ ਲੋਕ ਦਾਤਨਾ ਤੁਹਾਡੇ ਨਾਲ ਪੇਸ਼ ਆਊਂਗਾ। ਹੋ ਇੱਜ਼ਤ ਦੀਆਂ ਕੁੰਜੀਆਂ ਧੀਏ ਤੇਰੇ ਹਵਾਲੇ ਆ, ਉਹੀ ਭੰਡੀ ਕਰਦੇ ਪਿੰਡ ਦੇ ਜੋ ਰਖਵਾਲੇ ਆ। ਇੱਜ਼ਤ ਦੀਆਂ ਕੁੰਜੀਆਂ ਧੀਏ ਤੇਰੇ ਹਵਾਲੇ ਆ, ਉਹੀ ਭੰਡੀ ਕਰਦੇ ਪਿੰਡ ਦੇ ਜੋ ਰਖਵਾਲੇ ਆ। ਸਿਰ ਚੁੱਕਣ ਨਹੀਂ ਦਿੰਦੇ ਧੀ ਕੋਈ ਜਦ ਕਾਰਾ ਕਰ ਜਾਂਦੀ, ਉਹ ਗੱਲ ਇਹ ਨਾ ਕਹਿਣੀ ਪੈ ਜੇ ਨੀ ਤੂੰ ਜੰਮਦੀ ਮਰ ਜਾਂਦੀ, ਉਹ ਗੱਲ ਇਹ ਨਾ ਕਹਿਣੀ ਪੈ ਜੇ ਬਾਹਰ ਜਾਣ ਦੀ ਧੀਏ ਤੈਨੂੰ ਮਿਲੀ ਆਜ਼ਾਦੀ ਆ, ਗੌਰ ਕਰੀ ਮੇਰੀ ਗੱਲ ਤੇ ਗੱਲ ਤੇਰੀ ਕਹਿੰਦੀ ਦਾਦੀ ਆ। ਬਾਹਰ ਜਾਣ ਦੀ ਧੀਏ ਤੈਨੂੰ ਮਿਲੀ ਆਜ਼ਾਦੀ ਆ, ਗੱਲ ਇਹ ਨਾ ਕਹਿਣੀ ਪੈ ਜੇ ਨੀ ਤੂੰ ਜੰਮਦੀ ਮਰ ਜਾਂਦੀ,
गल ए ना कहनी पैजे नी तू जमदी मर जांदी ਧੰਨਵਾਦ ਕਰਦੇ ਹਾਂ ਜੋ ਕਿ ਬਹੁਤ ਵਧੀਆ ਸਾਊਂਡ ਹੈ ਬਹੁਤ ਵਧੀਆ ਸਾਡੇ ਓਪਰੇਟਰ ਨੇ ਥੈਂਕ ਯੂ ਭਾਈ ਦਾ ਸੋ ਬਹੁਤ ਹੀ ਸਾਡੇ ਸਤਿਕਾਰਯੋਗ ਸਾਰੀ ਸੰਗਤ ਬਾਬਾ ਚੰਚਲ ਜੀ ਹੋਰ ਜਿੰਨੀ ਵੀ ਸੰਗਤ ਪਹੁੰਚੀ ਹੈ ਸੋ ਕਹਿੰਦੇ ਨੇ ਕੀ ਬੋਲਾਂ ਤੇ ਕੀ ਨਾ ਬੋਲਾਂ ਕੀ ਬੋਲਾਂ ਤੇ ਕੀ ਨਾ ਬੋਲਾਂ ਇੱਥੇ ਹਰ ਸ਼ਿਖ ਜਨਾਮੀ ਹੈ ਮੈਂ ਕਿਹਦਾ ਕਿਹਦਾ ਨਾ ਬੋਲਾਂ ਇੱਥੇ ਹਰ ਸ਼ਿਖ ਜਨਾਮੀ ਹੈ ਮੈਂ ਕਿਹਦਾ ਕਿਹਦਾ ਨਾ ਬੋਲਾਂ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਟਾਈਮ ਆਪਾਂ ਕੱਢ ਲਾਉਣਾ ਹੈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੀ ਤਾਂ ਕਿ ਅਸੀਂ ਕਲਾਕਾਰ ਨੂੰ ਪੇਸ਼ ਕਰ ਸਕੀਏ ਸੋ ਬਹੁਤ ਹੀ ਸਾਡੇ ਸਤਿਕਾਰਯੋਗ ਬਾਈ ਪਹੁੰਚੇ ਨੇ ਜਿੰਨੇ ਵੀ ਸਿੰਗਰ ਨੇ ਸਾਰੇ ਸਤਿਕਾਰਯੋਗ ਨੇ ਸਾਰੇ ਅਜ਼ੀਜ਼ ਨੇ ਤੇ ਸਾਰੇ ਹੀ ਸਿੰਗਰਾਂ ਤੇ ਸਾਰੇ ਹੀ ਆਰਟਿਸਟਾਂ ਦਾ ਸਾਡੇ ਵੱਲੋਂ ਸਾਡੇ ਸਹੋਤਾ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਵਾਗਤ ਹੈ ਸੋ ਗੱਲ ਕਰਦੇ ਹਾਂ ਜੀ ਪੰਜਾਬੀ ਗਾਇਕੀ ਦੀ ਲੋਕ ਗਾਇਕੀ ਦੀ ਪੰਜਾਬੀ ਲੋਕ ਨਾਚ ਦੀ ਬਹੁਤ ਪਿਆਰੇ ਸਤਿਕਾਰਯੋਗ ਹੋਣ ਹਰ ਸਿੰਗਰ ਜਿਨ੍ਹਾਂ ਨੇ ਬਹੁਤ ਵਧੀਆ ਆਪਣੇ ਏਰੀਏ ਦਾ ਨਾਂ ਚਮਕਾਇਆ ਆਪਣਾ ਨਾਂ ਚਮਕਾਇਆ ਜਿਨ੍ਹਾਂ ਦੀਆਂ ਮਾਰਕੀਟ ਚੱਲਦੀਆਂ ਕੈਸਟਾਂ ਖੱਜਲ ਖੁਆਰੀਆਂ ਜਿਹਨਾਂ ਨੂੰ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਮਨਮੋਹੀ ਪਿਆਰ ਮਿਲਿਆ ਉਸ ਭਰਾ ਨੂੰ ਖੱਜਲ ਖੁਆਰੀਆਂ ਤੋਂ ਬਾਅਦ ਵੀਰ ਨੇ ਧਾਰਮਿਕ ਐਲਬਮ ਕੀਤੀ ਸੀ ਭੇਡਾਂ ਵਾਲੀ ਐਲਬਮ ਕੀਤੀ ਸੀ ਕਰ ਲਓ ਮੁਰਾਦਾਂ ਪੂਰੀਆਂ ਉਸ ਤੋਂ ਬਾਅਦ ਬਾਈ ਦਾ ਸਿੰਗਲ ਟਰੈਕ ਆਇਆ ਸੀ ਸੋ ਹੁਣ ਬਾਈ ਜੀ ਫਿਲਮ ਕਰ ਰਹੇ ਨੇ ਪੰਜਾਬੀ ਬਚਾ ਲਓ ਜੀ ਬਚਾ ਲਓ ਹੁਣ ਨਿਊ ਫਿਲਮ ਆ ਰਹੀ ਬਾਈ ਦੀ ਸਰਦਾਰਾਂ ਦੀ ਸਰਦਾਰੀ ਸੋ ਕਹਿੰਦੇ ਨੇ ਕੜਵੇਂ ਤੇ ਕੜਵੇਂ ਗੀਤ ਲੈ ਕੇ ਖੜਕਵੇਂ ਤੇ ਖੜਕਵੇਂ ਗੀਤ ਲੈ ਕੇ ਮਿੱਠਾ ਜਿਹਾ ਸੰਗੀਤ ਲੈ ਕੇ ਗਾਇਕੀ ਦਾ ਰਾਜਾ ਸੁਰਾਂ ਦਾ ਸ਼ਹਿਜ਼ਾਦਾ ਜਨਾਬ ਸੰਦੀਪ ਗਿੱਲ ਜੀ ਤੁਹਾਡੀਆਂ ਜ਼ੋਰਦਾਰ ਤਾੜੀਆਂ ਦਰਾਂ ਭਾਈ ਸੰਦੀਪ ਗਿੱਲ ਜੀ ਵਰਲਡ ਫੇਮਸ ਸੰਦੀਪ ਗਿੱਲ ਜੀ ਬਜ਼ੁਰਗ ਬੱਚੇ ਮਾਮਾ ਭੈਣਾਂ ਮੇਰੇ ਹਮ ਉਮਰ ਸਾਥੀ ਸੰਦੀਪ ਗਿੱਲ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਮੇਲੇ ਦੀ ਹਰ ਇੱਕ ਦੂਰੋਂ ਨੇੜੇ ਚੱਲ ਕੇ ਆਏ ਸਰੋਤੇ ਜਾਂ ਪਿੰਡ ਵਾਲੇ ਜਾਂ ਬਾਹਰੋਂ ਸਾਰਿਆਂ ਨੂੰ ਸੰਦੀਪ ਗਿੱਲ ਲੋਂ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਕਿਉਂਕਿ ਮੇਲੇ ਕਰਾਉਣੇ ਕਿਤੇ ਸੌਖੇ ਨਹੀਂਗੇ ਮੇਲਿਆਂ ਦਾ ਬੜੀ ਦੇਰ ਤੋਂ ਪ੍ਰਬੰਧ ਕਰਨਾ ਪੈਂਦਾ ਮਹੀਨਿਆਂ ਦੀ ਗਿਣਤੀ ਲੱਗ ਜਾਂਦੀ ਹੈ ਜਿੱਦਾਂ ਕਿ ਸਾਡੇ ਉਸਤਾਦ ਲੋਕ ਬਾਬਾ ਜੀ ਜਿਹੜੇ ਕਿ ਕਹਿੰਦੇ ਕਿ ਮੈਂ ਇੰਨੇ ਚਿਰ ਤੋਂ ਸੇਵਾ ਕਰ ਰਿਹਾ ਗ੍ਰਹਿ ਕਰਕੇ ਮੇਲੇ ਕਰਾ ਰਹੇ ਉਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ ਹੈ ਬੜੀ ਵਧੀਆ ਗੱਲ ਲੱਗੀ ਹੈ ਉਹਨਾਂ ਨਸ਼ਿਆਂ ਦੇ ਖਿਲਾਫ਼ ਹੀ ਥੋੜ੍ਹੇ ਦਿਨਾਂ 'ਚ ਇੱਕ ਮੇਰਾ ਸਿੰਗਲ ਟਰੈਕ ਰਿਲੀਜ਼ ਹੋ ਰਿਹਾ ਉਹ ਤੁਹਾਡੇ ਰੂਪ ਰੰਗ ਕਰਾਂਗੇ ਦੂਸਰੀ ਗੱਲ
ਸਾਰੇ ਹੀ ਰੱਬ ਵਰਗੇ ਹੋ ਜਿੱਦਾਂ ਭਾਜੀ ਨੇ ਕਿਹਾ ਕਿ ਤੁਹਾਨੂੰ ਰੱਬ ਬੋਲਾਂ ਜਾਂ ਰੱਬ ਦੇ ਥਾਂ ਬੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਹੈ ਮੈਂ ਕਿਹਦਾ ਕਿਹਦਾ ਨਾਮ ਬੋਲਾਂ ਸਾਡੇ ਸੁਖੀ ਭਾਜੀ ਸੁਖੀ ਸਰੋਤਾ ਜੀ ਸਾਡੇ ਅਣਿੰਦਾ ਭਾਜੀ ਸਾਰੇ ਹੀ ਤੁਸੀਂ ਰੱਬ ਵਰਗੇ ਹੋ ਕਿਉਂਕਿ ਇਹਨਾਂ ਦੀ ਬਦੌਲਤ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਡਾ ਮਜੀਸ਼ੀਅਨ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਜੀ ਕਿਉਂਕਿ ਸਾਊਂਡ ਦੇ ਮਜੀਸ਼ੀਅਨ ਜਿੰਨਾ ਚਿਰ ਇਹ ਨਾ ਹੋਵੇ ਫਿਰ ਮਜ਼ਾ ਹੀ ਨਹੀਂ ਆਉਂਦਾ ਕਿਸੇ ਗੱਲ ਦਾ ਵੀ ਅਤੇ ਸਾਰੇ ਹੀ ਆਪਾਂ ਕਲਾਕਾਰਾਂ ਨੂੰ ਟਾਈਮ ਦੇਣਾ ਸਾਰੇ ਹੀ ਹਾਜ਼ਰੀਆਂ ਭਰਨੀਆਂ ਸਾਡੇ ਭਾਅ ਜੀ ਜਿੰਨਾ ਕੁ ਟਾਈਮ ਦੇਣਗੇ ਉਹਨੇ ਦੇ ਵਿੱਚ ਹੀ ਆਪਾਂ ਸਹਿਮਤ ਰਵਾਂਗੇ ਲਓ ਜੀ ਇੱਕ ਵਾਰੀ ਯਾਰਵੀਂ ਦੀ ਸਰਕਾਰ ਦੇ ਨਾਂ 'ਤੇ ਜ਼ੋਰਦਾਰ ਤਾੜੀ ਮਾਰ ਦਈਏ ਸਾਡਾ ਜੋ ਇੱਕ ਸਿੰਗਲ ਟਰੈਕ ਯੂਟਿਊਬ 'ਤੇ ਚੱਲ ਰਿਹਾ ਇਸ ਵੇਲੇ ਸੰਦੀਪ ਗਿੱਲ ਐਂਡ ਯਾਰ ਖੁਦਾ ਉਹੋ ਜਿਹੀ ਗੱਲਬਾਤ ਆ ਬਿਨਾਂ ਫਕੀਰਾਂ ਦੇ ਹਾਜ਼ਰੀ ਲੈ ਕੇ ਭਾਅ ਜੀ ਪੂਰੀ ਕਰ ਲਓ ਪੰਜਵੇਂ ਤੋਂ ਕਰ ਮਾਤਾ ਦੀ ਇੱਕ ਭੇਟਾਂ ਦੀ ਕੈਸਟ ਆਈ ਸੀ ਕਈ ਹੋਰ ਪੰਜਾਬੀ ਸੌਂਗ ਵੀ ਚੱਲ ਰਹੇ ਨੇ ਇੱਕ ਸਾਡੀ ਯੂਟਿਊਬ ਦੇ ਉੱਤੇ ਫਿਲਮ ਚੱਲ ਰਹੀ ਹੈ ਟੀ ਸਟਾਰ ਚੈਨਲ 'ਤੇ ਬਚਾ ਲਓ ਬਾਬਾ ਜੀ ਜੋ ਕਿ ਛੋਟੀ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲਵਾਈ ਸੀ ਉਸ ਤੋਂ ਬਾਅਦ ਨਿਊ ਫਿਲਮ ਆ ਰਹੀ ਹੈ ਥੋੜ੍ਹੇ ਦਿਨਾਂ 'ਚ ਰਿਲੀਜ਼ ਹੋ ਰਹੀ ਹੈ ਤੀਸਰੀ ਇਸੇ ਚੈਨਲ ਤੋਂ ਰਿਲੀਜ਼ ਹੋਏਗੀ ਸਰਦਾਰਾਂ ਦੀ ਸਰਦਾਰੀ 1 ਤਰੀਕ ਨੂੰ ਸਾਡੀ ਜੋ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਦੌਰ ਚੱਲ ਰਿਹਾ ਸਾਰੇ ਹੀ ਸਮਝਦੇ ਆ ਕਿ ਧੀਆਂ ਮਾੜੀ ਚੀਜ਼ ਹੈ ਧੀਆਂ ਨੂੰ ਗੁੱਖਾਂ ਵਿੱਚ ਕਤਲ ਕਰਾਇਆ ਜਾਂਦਾ ਧੀਆਂ ਦੇ ਸਪੋਰਟ 'ਚ ਅਤੇ ਨਸ਼ਿਆਂ ਦੇ ਵਿਰੁੱਧ ਸਾਡੀ ਫਿਲਮ ਆ ਰਹੀ ਹੈ ਫਿਲਮ ਦਾ ਨਾਮ ਹੈ ਧੀਆਂ ਜੋ ਕਿ 1 ਤਰੀਕ ਨੂੰ ਮੂਲਤ ਹਾਂਜੀ ਅੱਜ ਭਾਜੀ ਜੇ ਆ ਗਿਆ ਤਾਂ ਤਾੜੀ ਮਾਰ ਦਿਓ ਮਾੜੀ ਜੀ ਕਿਆ ਬਾਤ ਹੈ ਜੀ ਪੀਰਾਂ ਦੇ ਚਰਨਾਂ 'ਚ ਹਾਜ਼ਰੀ ਲਾਉਣ ਲੱਗੇ ਹਾਂਜੀ ਹਾਂਜੀ ਕਿਸੇ ਸ਼ਹਿਰ ਨੇ ਲਿਖਿਆ ਕਿਉਂਕਿ ਰੱਬ ਇੱਕ ਬੰਦੇ ਨੂੰ ਕਿਹਾ ਗਿਆ ਮੰਦਰਾਂ ਮਸੀਤਾਂ ਤੇ ਆਪਾਂ ਸਿਰਫ ਮੰਨਤਾਂ ਮੰਗ ਸਕਦੇ ਹਾਂ ਜੇ ਰੱਬ ਦੇ ਦਰਸ਼ਨ ਕਰਨੇ ਤੇ ਆਪਣੇ ਯਾਰ 'ਚ ਖੋਲ ਲਏ ਜਿੱਦਾਂ ਬਾਬੇ ਬੁੱਲੇ ਸ਼ਾਹ ਨੇ ਕੀਤੇ ਸੀ ਰੱਬ ਬੰਦੇ
सब लोग साइया नो मनते साई दुख लैके सुख बंटते सब लोग साइया नो मनते साई दुख लैके सुख बंटते मेरा साई मेरा रब है मेरा साई
ਸੰਸਾਰ ਦੇ ਕਦਮ ਕਦਮ ਆਪਣੇ ਕੰਮਾਂ ਕਰਨ ਨੂੰ ਛੱਡ ਕੇ ਆਏ ਆ ਨਾ, ਜੇ ਆਪਣੇ ਦਿਲ ਵਿੱਚ ਸ਼ਰਧਾ ਆਊਗੀ ਨਾ, ਪੀਰ ਨੂੰ ਸੱਚੇ ਦਿਲ ਨਾਲ ਸਲਾਮ ਕਰਕੇ ਜਾਵਾਂਗੇ। ਕੋਈ ਵਕਤ ਇਹੋ ਜਿਹਾ ਆਊਗਾ ਆਪਣੇ ਦੇ ਪੀੜ ਕੋਲੋਂ ਤੇ ਕਦਮ ਕਦਮ ਦੇ ਨਾਲ ਪੀਰ ਚਾਰ ਕਦਮ ਅੱਗੇ ਜਾ ਕੇ ਬਹਾਊਗਾ। ਹਾਂਜੀ 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 ਚੱਲ ਕੇ ਜਾਵਾ ਚਾਰ ਕਦਮ ਚੱਲ ਆਉਣਾ, ਉਹਦੇ ਵਾਰੀਆ ਚੜ੍ਹਦਾ ਲਿਖਦਾ ਤਾਂ ਸੰਧੀ ਬਸਣਾਉਣਾ, ਇੱਕ ਕਦਮ ਮੈਂ ਚੱਲ ਕੇ ਜਾਵਾ ਚਾਰ ਕਦਮ ਸਹੀ ਆਉਂਦਾ, ਉਹਦੇ ਵਾਲੀਆ ਚੜ੍ਹਦਾ ਲਿਖਦਾ ਤਾਂ ਸੰਧੀ ਬਸਣਾਉਂਦਾ। ਜਾਂ ਤਾਂ ਫਿਰ ਡੇਢ ਕੁ ਕਰ ਲਈਆਂ, ਠੀਕ ਹੈ ਜੀ, ਦੋਵੇਂ ਗੱਲਾਂ ਸਿਰੇ ਦੀਆਂ ਦੋਵੇਂ ਕਰ ਲਈਆਂ, ਥੋੜ੍ਹੀ ਥੋੜ੍ਹੀ ਕਰ ਲਾਂਗੇ। ਹਾਂਜੀ ਇਜਾਜ਼ਤ ਨੇ ਦਿੰਦਾ ਇੱਕ ਨਸ਼ਿਆਂ ਦੀ ਗੱਲ ਇੱਕ ਤੀਆਂ ਦੀ ਗੱਲ, ਦੋ ਗੱਲਾਂ ਪੰਜਾਂ ਮਿੰਟਾਂ 'ਚ ਖਤਮ ਕਰਨੀਆਂ। ਹਾਂਜੀ ਹੁਣ ਨਸ਼ਿਆਂ ਦੀ ਇਹ ਹੋ ਗਈ ਲੋਕੋ ਵਿੱਚ ਪੰਜਾਬ ਤਰੱਕੀ, ਨਸ਼ਿਆਂ ਦੀ ਇਹ ਹੋ ਗਈ ਲੋਕੋ ਵਿੱਚ ਪੰਜਾਬ ਤਰੱਕੀ, ਇਹਨਾਂ ਗੁਰੂਆਂ ਪੀਰਾਂ ਦੀ ਤੇ ਲਾਜ ਕਿਸੇ ਨਾਲ ਰੱਖੀ, ਦਸ ਸਾਲ ਦਾ ਕਾਕਾ ਅੱਜ ਕੱਲ੍ਹ ਢਾਣੀਆਂ ਦੇ ਵਿੱਚ ਬਹਿੰਦਾ ਏ, ਢਾਣੀਆਂ ਦੇ ਵਿੱਚ ਬਹਿੰਦਾ ਏ, ਦਰਿਆ ਸੇਵਾ ਨਸ਼ਿਆਂ ਦਾ ਲੋਕੋ ਵਿੱਚ ਪੰਜਾਬ ਦੇ ਵਹਿੰਦਾ ਏ, ਦਰਿਆ ਸੇਵਾ ਨਸ਼ਿਆਂ ਦਾ ਲੋਕੋ ਵਿੱਚ ਪੰਜਾਬ ਦੇ ਵਹਿੰਦਾ, ਦਰਿਆ ਸੇਵਾ ਨਸ਼ਿਆਂ ਦਾ ਲੋਕੋ ਵਿੱਚ ਪੰਜਾਬ ਦੇ ਵਹਿੰਦਾ ਏ, ਦਰਿਆ ਸੇਵਾ ਨਸ਼ਿਆਂ ਦਾ ਲੋਕੋ ਵਿੱਚ ਪੰਜਾਬ ਦੇ ਵਹਿੰਦਾ ਏ,
ਨਸਿਆਂ ਦਾ ਲੋਕੋ ਵਿੱਚ ਪੰਜਾਬ ਦੇ ਪੈਂਦਾ ਹੈ ਦਰਿਆ ਸੇਵਾ ਨਸਿਆਂ ਦਾ ਲੋਕੋ ਵਿੱਚ ਪੰਜਾਬ ਦੇ ਪੈਂਦਾ ਦਰਿਆ ਸੇਵਾ ਨਸਿਆਂ ਦਾ ਲੋਕੋ ਵਿੱਚ ਪੰਜਾਬ ਦੇ ਪੈਂਦਾ ਹੈ ਕਿਆ ਬਾਤ ਹੈ ਜੀ ਸਾਡੇ ਨੰਦਾ ਭਾਜੀ ਔਰ ਸੋਹੀ ਸਾਹਿਬ ਕਿਆ ਬਾਤ ਹੈ ਜੀ ਤੁਹਾਡੀ ਬਦੌਲਤ ਆ ਜੀ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਲੱਭਦੇ ਫਿਰਦੇ ਪੁੱਤਾਂ ਨੂੰ ਤੇ ਸੁੱਖ ਦੇ ਫਿਰਦੇ ਲੋਕੀ ਲੱਭਦੇ ਫਿਰਦੇ ਪੁੱਤਾਂ ਨੂੰ ਤੇ ਸੁੱਖ ਦੇ ਫਿਰਦੇ ਸੁੱਖਾਂ ਨੂੰ ਕਿਉਂ ਕੁੱਖ ਵਿੱਚ ਕਤਲ ਕਰਾਉਂਦੇ ਨੇ ਕੁੱਖ ਵਿੱਚ ਕਤਲ ਕਰਾਉਂਦੇ ਨੇ ਇਹਨਾਂ ਰੱਬ ਦੇ ਜੀਆਂ ਨੂੰ ਉਹ ਕਿਉਂ ਰੱਬਾਏ ਮਾਰੀ ਜਾਂਦੇ ਲੋਕ ਨੇ ਧੀਆਂ ਸੋਚਦੇ ਆ ਕਿ ਧੀਆਂ ਮਾੜੀਆਂ ਧੀਆਂ ਜਾਂ ਤੇ ਜਦੋਂ ਧੀ ਜੰਮਦੀ ਹੈ ਜਾਂ ਤਾਂ ਦਾਜ ਦਾ ਪੰਗਾ ਤੇ ਜਾਂ ਫਿਰ ਆਪਣੀ ਪੱਗ ਦਾ ਪੰਗਾ ਪਰ ਧੀ ਕਦੇ ਵੀ ਐਸਾ ਨਹੀਂ ਚਾਹੁੰਦੀ ਹੁੰਦੀ ਉਹ ਧੀ ਕਦੇ ਨਾ ਚਾਹੁੰਦੀ ਏ ਮੈਂ ਬਣਾ ਬਣਾ ਦਾਗ ਬਾਬਲ ਦੀ ਪੱਗ ਦਾ ਮੈਂ ਬੜਾ ਹਾਸਾ ਚੰਦਰੇ ਜਾਗਦਾ ਉਹ ਬਣਦੇ ਹੱਕ ਜੇ ਦੇ ਦਈਏ ਬਣਦੇ ਹੱਕ ਜੇ ਦੇ ਦਈਏ ਇਹਨਾਂ ਖੰਡ ਪਰੀਆਂ ਨੂੰ ਕਿਉਂ ਲਬਾਏ ਮਾਰੀ ਜਾਂਦੇ ਲੋਕ ਨੇ ਕੁੜੀਆਂ ਨੂੰ ਕਿਉਂ ਕੁੜ ਵਿੱਚ ਕਤਲ ਕਰਾਈ ਦੇ ਨਾਲ ਬੜਾ ਗੋਝਾ ਕਿਤੇ ਮਾਂ ਪਿਓ ਬਿਮਾਰ ਮੰਜੀ ਤੇ ਪਿਆ ਹੋਵੇ ਨਾ ਕਿਤੇ ਪੁੱਤ ਨੂੰ ਕਹਿ ਦਿੰਦਾ ਕਿ ਮੈਨੂੰ ਪਾਣੀ ਦਾ ਗਲਾਸ ਫੜਾ ਦੀ ਮੈਂ ਦਵਾਈ ਖਾ ਲਾਂ ਮੇਰੇ ਵਰਗੇ ਦਾ ਜਵਾਬ ਪਤਾ ਕੀ ਹੁੰਦਾ ਮੈਨੂੰ ਤਾਂ ਸੁੱਖੀ ਭਾਜੀ ਨੇ ਮੇਲੇ 'ਚ ਬੁੱਕ ਕੀਤਾ ਤੁਸੀਂ ਪਾਣੀ ਆਪੇ ਪੀ ਲਓ ਮੈਂ ਤਾਂ ਬਹੁਤ ਜਲਦੀ 'ਚ ਪੁੱਤ ਕਦੀ 99% ਤਾਂ ਇਹੀ ਆ ਕਿ ਪੁੱਤਰ ਕਦੀ ਮਾਂ ਪਿਓ ਨੂੰ ਪਾਣੀ ਦਾ ਗਲਾਸ ਨਹੀਂ ਫੜਾ ਧੀ ਨੂੰ ਕਿਤੇ ਪਤਾ ਲੱਗ ਜੇ ਭਾਵੇਂ ਕਿੰਨੀ ਵੀ ਦੂਰ ਵਿਆਹੀ ਹੋਵੇ
ਪਤਾ ਲੱਗ ਜਾਈਏ ਇੱਕ ਵਾਰੀ ਕਿ ਮੇਰੇ ਮਾਂ ਪਿਓ ਤੋਂ ਮੁਸੀਬਤ ਆ, ਬਿਮਾਰ ਆ, ਕਿਸੇ ਹਾਲਤ ਵੀ ਸੱਸ ਨਾਲ ਲੜੇ ਜਾਂ ਸਹੁਰੇ ਨਾਲ ਲੜੇ ਜਾਂ ਆਪਣੇ ਘਰ ਵਾਲੇ ਨਾਲ ਲੜੇ, ਇਸ ਗੱਲ ਦੀ ਰੋਣੀ ਪੈ ਹੀ ਜਾਣੀ ਹੈ ਕਿ ਮੈਂ ਆਪਣੇ ਮੰਮੀ ਡੈਡੀ ਦਾ ਪਤਾ ਲੈਣ ਚਲਾ। ਇਹ ਸਹੁਰੇ ਘਰ ਵਿੱਚ ਜਾ ਕੇ ਸੁਖ ਮੰਗਣ ਮਾਪਿਆਂ ਦੀ, ਉਹ ਫਿਰ ਵੀ ਲੋਕੀ ਕਹਿੰਦੇ ਧੀ ਨੂੰ ਪੰਡ ਸਿਆ ਪਿਆਂ ਦੀ। ਕਦੇ ਲੋਕ ਤਾਂ ਕਹਿੰਦੇ ਸੀ, ਕਦੇ ਲੋਕ ਤਾਂ ਕਹਿੰਦੇ ਸੀ, ਪਰ ਸਾਵਾਂ ਧੀਆਂ ਨੂੰ ਉਹ ਕਿਉਂ ਰਪਾਏ ਮਾਰੀ ਜਾਂਦੇ ਤੇਰਿਆਂ ਜੀਆਂ ਜੀ। ਇੰਨਾ ਕੁਝ ਕਹਿ ਕੇ ਸੰਗਤ ਕੋ ਪ੍ਰਬੰਧਕਾਂ ਕੋ ਖਿਮਾ ਤੇ ਜਾਚਕਾਂ, ਕਿਉਂਕਿ ਗੱਲਾਂ ਕਰਨ ਤੋਂ ਬੜਾ ਦਿਲ ਕਰਦਾ, ਅਜੇ ਗੱਲ ਪੂਰੀ ਨਹੀਂ ਹੋਈ ਮਗਰ ਸਮਾਂ ਇਜਾਜ਼ਤ ਦਿੰਦਾ।